ਕਿ ਹਾਰੇ ਹੋਏ ਇਹਨਾਂ ਦੀ ਮਾਂ ਬਿਲਕੁਲ ਮੌਤ ਦੇ ਕੰਢੇ ਸੀਗੀ ਹਾਰ ਚੁੱਕੇ ਸੀ ਥੱਕ ਚੁੱਕੇ ਸੀ ਪਤਾ ਨਹੀਂ ਕਿੱਥੇ ਜਾਣਾ ਕਿਆ ਕਰਨਾ ਹੈ ਸਪਾਈਨਲ ਕੋਰਡ ਇੰਜਰੀ ਹੈ ਜਿਹਨੂੰ ਆਪਾਂ ਦੇਸੀ ਭਾਸ਼ਾ ਦੇ ਵਿੱਚ ਜਾਣਦੇ ਹਾਂ ਕਿ ਰੀੜ ਦੀ ਹੱਡੀ ਟੁੱਟ ਗਈ ਨਾ ਉੱਥੇ ਖੜੇ ਹਾਂ ਅਤੇ ਇਹਨਾਂ ਦੀ ਮੰਮੀ ਨੂੰ 2 ਮਹੀਨੇ ਹੋ ਗਏ ਔਰ ਅੱਜ ਮੈਂ ਅੱਜ ਫੇਰ ਹੀ ਬੈੱਡ ਸ਼ੋਰ ਦੇਖ ਕੇ ਹਟਿਆ ਨਾਮ ਮਾਤਰ ਦਾ ਰਹਿ ਗਿਆ ਉਹ ਮੈਂ ਬਹੁਤ ਹਾਰ ਗਈ ਸਾਂ ਮੈਂ ਬਿਲਕੁਲ ਉਮੀਦ ਛੋੜੀ ਦਿੱਤੀ ਕਿ ਹੁਣ ਨਹੀਂ ਬਚਦੀ ਨਾ ਮੈਂ ਉਮੀਦ ਬਿਲਕੁਲ ਛੱਡੀ ਦਿੱਤੀ ਸੀ ਕਿ ਹੁਣ ਮੇਰਾ ਕੋਈ ਸਾਥ ਨਹੀਂ ਦੇਣਾ ਆਪਕੋ ਤਾਂ ਹਮ 24 ਘੰਟੇ ਦੁਆਈ ਦੇਤੇ ਹੈ ਸ਼ੁਕਰ ਕਿ ਭਗਵਾਨ ਆਪ ਹਮੇਸ਼ਾ ਖੁਸ਼ ਰੱਖੇ ਸਭ ਤੋਂ ਪਹਿਲੇ ਤਾਂ ਇਹ ਹਮਾਰੇ ਦਿਲ ਸੇ ਨਿਕਲਦੀ ਜੀ ਬਹੁਤ ਸ਼ੁਕਰ ਕਿ ਆਪ ਜੋ ਇਤਨਾ ਨੇਕ ਕੰਮ ਕਰ ਰਹੇ ਹੋ ਨਾ ਹਮਨੇ ਵੀਡੀਓ ਚਲਦੇ ਚਲਦੇ ਸ਼ੇਅਰ ਕਰਦੇ ਹੋ ਤੁਹਾਡੇ ਤੋਂ ਉਮੀਦ ਕਰਦੇ ਹਾਂ ਤੁਹਾਡੇ ਤੋਂ ਆਸਾਂ ਨੇ ਕਿਉਂ ਆਸਾਂ ਨੇ ਕਿਉਂਕਿ ਤੁਸੀਂ ਹਮੇਸ਼ਾ ਹੀ ਪੇਸ਼ੈਂਟਸ ਨੂੰ ਜ਼ਿੰਦਗੀਆਂ ਬਚਾਉਣ ਦੇ ਵਿੱਚ ਉਹਨਾਂ ਦੀ ਜ਼ਿੰਦਗੀਆਂ ਬਦਲਣ ਦੇ ਵਿੱਚ ਸਹਿਯੋਗ ਪਾਇਆ ਅਸੀਂ ਇੱਥੇ ਜੀ ਜਗ੍ਹਾ ਤੋਂ ਸਹੀ ਕਿੱਥੇ ਪੂਰੇ ਹਿੰਦੁਸਤਾਨ ਜੀ ਤੁਪੋਗੇ ਤੁਹਾਨੂੰ ਨਹੀਂ ਮਿਲੇਗੀ ਇਹ ਤਾਂ ਮੈਂ ਤੁਹਾਡਾ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਇਤਨਾ ਵੱਡਾ ਫੈਸਲਾ ਲਈ ਇਤਨੀ ਵੱਡੀ ਜਗ੍ਹਾ ਬਣਾਈ ਦੁਨੀਆ ਨਾਲ ਭਲਾ ਕਰਨ ਵਾਸਤੇ ਪਰਮਾਤਮਾ ਤੁਹਾਡਾ ਭਲਾ ਕਰੇਗਾ ਭਗਵਾਨ ਤੁਸੀਂ ਕਿਸੇ ਗੱਲ ਦੀ ਕਮੀ ਨਹੀਂ ਦੇਗਾ ਮੈਂ ਤਾਂ ਦੋਵੇਂ ਟਾਈਮ ਹੱਥ ਜੋੜਨੀ ਹੈ ਰੱਬ ਨੇ ਅੱਗੇ ਕਿ ਮੇਰੇ ਪੁੱਤਰ ਨੂੰ ਕਿਸੇ ਗੱਲ ਦੀ ਕਮੀ ਨਹੀਂ ਦੇਗਾ ਮੈਂ ਹਮੇਸ਼ਾ ਆਪਦੀ ਸਦਾ ਜਿਹੜੀ ਉਹ ਹੈ ਨਾ ਹੋਮ ਹੈ ਉਹ ਜਿੰਨਾ ਕਰਦੀ ਹੈ ਨਾ ਉਹ ਅੱਜ ਮੈਨੂੰ ਪਤਾ ਚੱਲਿਆ ਕਿ ਉਹਦੇ ਅੰਦਰ ਕੋਈ ਕਰੀ ਵੀ ਨਹੀਂ ਸਕਦਾ ਇਹ ਮੇਰੀ ਰਿਐਲਿਟੀ ਹੈ ਮੈਂ ਹਮੇਸ਼ਾ ਹਮੇਸ਼ਾ ਮੈਂ ਇੱਕ ਹਿੰਦੂ ਲੜਕੀ ਹਾਂ ਲੇਕਿਨ ਜੋ ਸਰਦਾਰ ਲੋਕ ਇੱਕ ਕੌਮ ਹੈ ਨਾ ਉਹਨੂੰ ਇੱਕ ਬਚਪਨ ਤੋਂ ਸਿਖਾਇਆ ਜਾਂਦਾ ਮੈਨੂੰ ਲੱਗਦਾ ਹੈਲੋ ਸਾਨੂੰ ਵੀ ਆਪਣੇ ਬੱਚੇ ਦੀ ਪਰਵਰਿਸ਼ ਵਿੱਚ ਪਾਉਣਾ ਚਾਹੀਦਾ ਹੈ ਕਿ ਜੇ ਤੁਸੀਂ ਲੋਕ ਇਕੱਠੇ ਹੋ ਕੇ ਹੋ ਜਾਂਦੇ ਜੀ ਨਾ ਵੀਰ ਭੈਣ ਸਾਰੇ ਹੈਗੇ ਆ ਹੋ ਜਾਂਦੇ ਮਦਰ ਜਿਹੜੀ ਕਰੇ ਆ ਔਰ ਵੀਡੀਓ ਚਲਦੇ ਚਲਦੇ ਸ਼ੇਅਰ ਕਰਦੇ ਆ ਤੁਹਾਡੇ ਤੋਂ ਉਮੀਦ ਕਰਦੇ ਹਾਂ ਤੁਹਾਡੇ ਤੋਂ ਆਸਾਂ ਨੇ ਕਿਉਂ ਆਸਾਂ ਨੇ ਕਿਉਂਕਿ ਤੁਸੀਂ ਹਮੇਸ਼ਾ ਹੀ ਪੇਸ਼ੈਂਟਸ ਨੂੰ ਜ਼ਿੰਦਗੀਆਂ ਬਚਾਉਣ ਦੇ ਵਿੱਚ ਉਹਨਾਂ ਦੀ ਜ਼ਿੰਦਗੀਆਂ ਬਦਲਣ ਦੇ ਵਿੱਚ ਸਹਿਯੋਗ ਪਾਇਆ SHIG ਕੇਅਰ ਸੈਂਟਰ ਮਦਰਹੇੜੀ ਖੜ੍ਹੇ ਹਾਂ ਜਿਹੜਾ ਮੋਹਾਲੀ ਦੇ ਵਿੱਚ ਜਿੱਥੇ ਤੁਹਾਡੇ ਸਹਿਯੋਗ ਦੇ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਲਗਾਤਾਰ ਸੇਵਾ ਸਹਿਯੋਗ ਚੱਲ ਰਿਹਾ ਹੈ ਪੇਸ਼ੈਂਟ ਦੀ ਜ਼ਿੰਦਗੀਆਂ ਬਦਲੀਆਂ ਜਾ ਰਹੀਆਂ ਬਚਾਈਆਂ ਜਾ ਰਹੀਆਂ ਜਦ ਤੁਸੀਂ ਸਾਥ ਸਹਿਯੋਗ ਦਿੰਦੇ ਹੋ ਤੁਸੀਂ ਸਾਥ ਦਿੰਦੇ ਹੋ ਜੰਮੂ ਤੋਂ ਪੇਸ਼ੈਂਟ ਆਏ ਸੀ ਬੜੇ ਹੀ ਭਿਆਨਕ ਬੈੱਡ ਸ਼ੋਰ 'ਚ ਹਾਰੇ ਹੋਏ ਬਿਲਕੁਲ ਹੀ ਹੈ ਨਾ ਅੱਜ ਉਹਨਾਂ ਦੀ ਬੇਟੀਆਂ ਮਿਲਣ ਆਈਆਂ ਨੇ ਉਹਨਾਂ ਨੂੰ ਅੱਜ ਬੇਟੀਆਂ ਮਿਲਣ ਆਈਆਂ ਨੇ ਔਰ ਪੁੱਛਦੇ ਆ ਉਹਨਾਂ ਤੋਂ ਹੀ ਕਿ ਕਿਵੇਂ ਦੇ ਉਹਨਾਂ ਦੇ ਰਿਵਿਊ ਨੇ ਉਹਨਾਂ ਨੇ ਕਿਆ ਦੇਖਿਆ ਕਿਆ ਸੋਚਿਆ ਇੰਨੇ ਟਾਈਮ ਤੋਂ ਉਹਨਾਂ ਦੀ ਮੰਮੀ ਇੱਥੇ ਹੈ ਨਾ ਇੱਕ ਬੇਟੀ ਹੋਣ ਦੇ ਨਾਤੇ ਦੋਨਾਂ ਨੂੰ ਟੈਨਸ਼ਨ ਸੀਗੀ ਹਾਰੇ ਹੋਏ ਸੀਗੇ ਉਸ ਟਾਈਮ ਬਿਲਕੁਲ ਮੌਤ ਦੇ ਨਜ਼ਦੀਕ ਸੀਗੇ ਆਏ ਹੋਏ ਹਾਂ ਮਿਲਣ ਚੱਲਦੇ ਹਾਂ ਹਾਂਜੀ ਮੈਂ ਮਿਲਿਆ ਬਾਹਰ ਭੈਣ ਜੀ ਤੁਸੀਂ ਆਏ ਹੋ ਅੱਜ ਤੁਹਾਡੀ ਮੰਮੀ ਨੂੰ ਕਿੰਨਾ ਟਾਈਮ ਹੋ ਗਿਆ ਕਿੱਥੋਂ ਆਏ ਭਲਾ ਜੰਮੂ ਤੋਂ ਤੁਸੀਂ ਜਿੱਦਣ ਛੱਡਣ ਵਾਲੇ ਨਾਲ ਸੀਗੇ ਦੋਨੋਂ ਨਾਲ ਸੀਗੇ ਮੈਂ ਅੱਛਾ ਮੈਂ ਨਾਲ ਨਹੀਂ ਸੀਗਾ ਤੇ ਮੈਨੂੰ ਦੱਸਿਆ ਗਿਆ ਕਿ ਤੁਹਾਡੇ ਮੰਮੀ ਅੰਦਰ ਨਹੀਂ ਅੰਦਰ ਵੜ ਰਹੇ ਸੀ ਕਿ ਨਹੀਂ ਮੈਂ ਤਾਂ ਮਰੇ ਜਾਣਾ ਹੈ ਨਾ ਬਹੁਤ ਰੋ ਰਹੇ ਸੀਗੇ ਹੈ ਨਾ ਹੈ ਨਾ ਤੇ ਅੱਜ ਹੁਣ ਕਿੰਨਾ ਟਾਈਮ ਹੋ ਗਿਆ 1 ਮਹੀਨੇ ਕੁਛ ਪੂਰੇ 2 ਮਹੀਨੇ ਹੋ ਗਿਆ ਨਹੀਂ ਪਰਸੋਂ 8 ਤਰੀਕ ਹੋਣੇ 2 ਮਹੀਨੇ ਅੱਛਾ ਤੇ ਕਿਆ ਕਿਆ ਬਦਲਾਅ ਆਇਆ ਹੈ ਆਪਕੋ ਤਾਂ ਹਮ 24 ਘੰਟੇ ਦੁਆਈ ਦੇਤੇ ਹੈ ਕਿ ਭਗਵਾਨ ਆਪ ਹਮੇਸ਼ਾ ਖੁਸ਼ ਰੱਖੇ ਸਭ ਤੋਂ ਪਹਿਲੇ ਤਾਂ ਇਹ ਹਮਾਰੇ ਦਿਲ ਸੇ ਨਿਕਲਦੀ ਜੀ ਬਹੁਤ ਸ਼ੁਕਰ ਕਿ ਆਪ ਜੋ ਇਤਨਾ ਨੇਕ ਕੰਮ ਕਰ ਰਹੇ ਹੋ ਨਾ हमने इनका बहुत इलाज करा ठीक है बैड सोल का इशू बना जब इनको प्लाज्मा थेरेपी हुई डॉक्टर लापरवाही भी थी और एक नॉर्मल फैमिली से तो के एक बात बोलूंगी जम्मू से और कश्मीर से बहुत सारी बहनें फोन करती है ना जम्मू से हैं बहुत ही हारे हुए इन्हों की माँ बिल्कुल मौत के कंधे सी हार चुके सी थक चुके सी पता नहीं कितने जाना क्या करना है ਸਪਾਈਨਲ ਕੋਰਡ ਇੰਜਰੀ ਹੈ ਜਿਹਨੂੰ ਆਪਾਂ ਦੇਸੀ ਭਾਸ਼ਾ ਦੇ ਵਿੱਚ ਜਾਣਦੇ ਹਾਂ ਕਿ ਰੀੜ ਦੀ ਹੱਡੀ ਟੁੱਟ ਗਈ ਨਾ ਉੱਥੇ ਖੜ੍ਹੇ ਹਾਂ ਅਤੇ ਇਹਨਾਂ ਦੀ ਮੰਮੀ ਨੂੰ 2 ਮਹੀਨੇ ਹੋ ਗਏ ਔਰ ਅੱਜ ਮੈਂ ਅੱਜ ਫੇਰ ਹੀ ਬੈੱਡ ਸ਼ੋਰ ਦੇਖ ਕੇ ਹਟਿਆ ਨਾਮ ਮਾਤਰ ਦਾ ਰਹਿ ਗਿਆ ਉਹ ਹੈ ਨਾ ਔਰ ਤੁਹਾਡੇ ਮੰਮੀ ਖੁਸ਼ ਬਹੁਤ ਹੈ ਪੋਜ਼ਿਟਿਵ ਬਹੁਤ ਨੇ ਹੈ ਨਾ ਜ਼ਿੰਦਗੀ ਜੀਣ ਦੇ ਰਹੀ ਹੈ ਨਾ ਅਤੇ ਹਾਂਜੀ ਤੁਸੀਂ ਅੱਛਾ 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 ਓਕੇ ਓਕੇ ਜਦ ਤੁਸੀਂ ਆਏ ਸੀ ਔਰ ਹੁਣ ਦੇ ਵਿੱਚ ਕਿਆ ਮੈਂਟੈਲਿਟੀ ਦੇ ਵਿੱਚ ਕਿਆ ਫਰਕ ਹੈ ਤੁਹਾਡੀ ਹਾਸਪਿਟਲ ਹਰ ਜਗ੍ਹਾ ਗਏ ਆਹਦੇ ਨਾਲ ਦੋਨੋਂ ਬੇਟੀਆਂ ਵਿਆਹ ਦੀਆਂ ਅਸ ਠੀਕ ਹੈ 8-9 ਮਹੀਨੇ ਹੋਈ ਆ ਸਾਨੂੰ ਇੰਨੇ ਕਹਿੰਦੇ ਚੱਲਦਾ
ਹੁਣ ਮੇਨ ਚੀਜ਼ ਹੁੰਦੀ ਹੈ ਜਦੋਂ ਤੱਕ ਰਸਤੇ ਹੋਣ ਨਾ ਬੰਦਾ ਚੱਲਦਾ, ਜਿਵੇਂ ਰਸਤੇ ਬੰਦ ਹੋਏ ਆ ਤੁਸੀਂ ਔਰ ਏਡੇ ਏਡੇ ਜ਼ਖਮ ਔਰ ਅੱਗੇ ਘਰ ਦੀ ਕੰਡੀਸ਼ਨ ਵੀ ਔਰ ਕੀੜੇ ਪੂਰੇ, ਉਹਨਾਂ ਨੇ ਆਖਿਆ ਕਿ ਅਗਲੀ ਸਟੇਜ 'ਤੇ ਕੀੜਿਆਂ ਦੀ ਹੈ, ਬਿਲਕੁਲ ਹੈ ਨਾ, ਪੇਸ਼ੈਂਟਸ ਆਉਂਦੇ ਕੀੜੇ ਪਏ ਹੁੰਦੇ ਉਹਨਾਂ ਦੇ, ਉਹ ਜਿਵੇਂ ਮੰਮੀ ਆਏ ਨਹੀਂ ਕਰਦੇ, ਆਹਦਾ ਮੈਂ ਪੁੱਠੇ ਨਹੀਂ ਲੇਟਣਾ, ਸਭ ਤੋਂ ਵੱਡੀ ਉਹ ਇੱਥੇ ਸਭ ਤੋਂ ਵੱਡੀ ਚੀਜ਼ ਹੈ ਕਿ ਐਜ਼ ਏ ਸਟੂਡੈਂਟ, ਐਜ਼ ਏ ਇੱਕ ਇਹ ਸਟੂਡੈਂਟ ਹੈ ਇਹ ਟੀਚਰ ਹਨ, ਇਹਨਾਂ ਨੇ ਐਜ਼ ਏ ਟੀਚਰ ਬਹੁਤ ਅੱਛਾ ਰੋਲ ਆਪਣਾ ਬਣਾਇਆ ਕਿ ਇਹਨੇ ਕਿ ਐਸੇ ਪੇਸ਼ੈਂਟ ਕੀ ਉਸੀ ਮੈਂਟਲੀ ਸਟਰੋਂਗ ਕਰ, ਅਸੀਂ 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 ਤਾਂ ਕਰ ਪਾਉਂਦੇ ਹਾਂ ਜੇ ਪੇਸ਼ੈਂਟ ਕੋਆਪਰੇਟਿਵ ਹੋਵੇ, ਸਾਨੂੰ ਪੇਸ਼ੈਂਟ ਦਾ ਕੋਆਪਰੇਸ਼ਨ ਬਹੁਤ ਜ਼ਰੂਰੀ ਹੈ ਨਾ। ਸੋ ਤੁਹਾਡੇ ਮੰਮੀ ਪੋਜ਼ਿਟਿਵ ਬਹੁਤ ਨੇ, ਉਹ ਸਵੇਰੇ ਮੇਰੀ ਗੱਲ ਹੋ ਰਹੀ ਸੀ ਤੇ ਬਹੁਤ ਪੋਜ਼ਿਟਿਵ ਹੋਏ ਨਾ ਜਿਹਨੇ ਤੁਹਾਡੇ ਕੋਲ ਆਏ ਨਾ, ਹਾਂ ਇਹ ਤੁਸੀਂ ਕੀਤਾ ਹੈ, ਇਹ ਪੋਜ਼ਿਟਿਵ ਇਹਨੇ ਨਹੀਂ ਸਨ, ਉਹਨੇ ਤਾਂ ਤੁਸੀਂ ਵੀਡੀਓ ਨਹੀਂ ਬਣਾਈ ਹੋਲੇ ਨਾ ਜਿਹਨੇ ਰੋਏ ਕਰਦੇ ਸਨ, ਉਹ ਵਾਲੀ ਵੀਡੀਓ ਨਹੀਂ ਸਹੀ ਬਣੀ ਦੀ ਹੈ, ਜਿਹਨੇ ਚਿਲਾਏ ਕਰਦੇ ਮੈਂ ਪੁੱਠੇ ਲੇਟ ਹੀ ਸਦੀ, ਮੈਂ ਤੇ ਅੱਜ ਹੀ ਮਰ ਜਾਣਾ, ਮੈਨੂੰ ਇੱਥੇ ਰਸਤੇ 'ਚ ਛੱਡ ਜਾਓ, ਇਹ ਤੁਹਾਡੇ ਇੱਥੇ ਆ ਕੇ ਮੈਨੂੰ ਦੱਸਿਆ ਗਿਆ ਕਿ ਜਦੋਂ ਆਏ ਸੀਗੇ ਉਸ ਟਾਈਮ ਬਹੁਤ ਹੀ ਨੈਗੇਟਿਵ ਸੀਗੇ ਔਰ ਅੰਦਰ ਨਹੀਂ ਵੜ ਰਹੇ ਸੀਗੇ ਕਿ ਮੈਂ ਤਾਂ ਮਰਨਾ ਹੀ ਹੈ, ਮੈਂ ਨਹੀਂ ਕੋਆਪਰੇਟ ਕਰਦਾ ਜਾਂ ਮੈਂ ਲੇਟਣਾ ਨਹੀਂ ਹੈ ਨਾ। ਹਾਂਜੀ ਬਿਲਕੁਲ, ਤੇ ਹੁਣ ਲੱਗਦਾ ਬਚ ਜਾਣਗੇ, ਹੁਣ ਬਚਾ ਤੁਸੀਂ ਚਲਾ ਕੇ ਭੇਜਣਾ ਉਹਨੇ, ਬਸ ਬਹੁਤ ਅੱਛਾ ਹੋਏਗਾ, ਬੜਾ ਅੱਛਾ ਕੰਮ ਨੇ ਭਗਵਾਨ, ਦੁਨੀਆ ਤੋਂ ਸਭ ਤੋਂ ਵੱਡਾ ਨੇਕ ਕੰਮ ਨੇ, ਬਹੁਤ ਸ਼ੁਕਰ ਹੈ, ਬਹੁਤ ਧੰਨਵਾਦ, ਅਸ ਤੋਂ ਦਿਲਾਂ ਤੋਂ ਦੁਆ ਦੇ ਆ ਰਹੇ ਹਾਂ ਕਿ ਭਗਵਾਨ ਤੁੰਦੇ ਆਉਣ ਵਾਲੀ ਕਿੰਨੀ ਸਾਰੇ ਸੁਖਾਦਰ ਨਹੀਂ ਹੈ, ਸਾਨੂੰ ਇਹ ਲੱਗਦਾ ਕਿ ਸਾਡੇ ਪੇਕੇ ਵੀ ਖਤਮ ਹੋਏ ਜਾਣੇ, ਮੰਨਦੇ ਹੋ ਨਾ ਮਾਂ ਕਿ ਮਾਂ ਪਿਓ ਕਨੇ ਪੇਕੀ ਹੁੰਦੇ ਆ, ਕੁਛ ਇਸੇ ਦੁਆਰ ਇਹਦੇ ਅੱਗੇ ਆਉਣਾ ਨੇਕੀ, ਛੋਟਾ ਬੱਚਾ ਹੀ ਬੱਚਾ ਛੱਡਦਾ, 12 ਸਾਲ ਹੋ ਗਏ, 1000 ਤੋਂ ਉੱਪਰ ਪੇਸ਼ੈਂਟ ਦੇਖ ਚੁੱਕੇ ਨਾ, ਅਸੀਂ ਬਹੁਤ ਨਜ਼ਦੀਕੀ ਦੇਖੇ, ਮਾਵਾਂ ਆਪਣੇ ਬੱਚੇ ਨੂੰ ਛੱਡਦੀਆਂ ਅਸੀਂ ਨੋਰਮਲ ਦੇਖਿਆ ਨੇ, ਬਟ ਇੱਥੇ ਇੱਕ ਬਾਕਮਾਲ ਰਿਸ਼ਤਾ ਦੇਖਿਆ ਨਾ, ਨੂੰਹ ਆਪਣੀ ਸੱਸ ਦੇ ਲਈ ਦਿਨ ਰਾਤ ਕਰ ਰਹੀ ਹੈ ਛੋਟਾ ਬੱਚੇ ਨੂੰ ਛੱਡ ਕੇ ਨਾ, ਸੋ ਇਹ ਬਹੁਤ ਕਠਿਨ ਤਪੱਸਿਆ ਹੈ ਨਾ ਜੋ ਇਹਨਾਂ ਦੀ ਬੇਟੀ ਨੂੰਹ ਕਰ ਰਹੀ ਹੈ ਨਾ, ਸੋ ਬੇਟੀਆਂ ਵੀ ਸਹਿਯੋਗ ਕਰ ਰਹੀਆਂ, ਇਹ ਐਜ਼ ਅ ਟੀਮ ਹੋ ਪਾਉਂਦਾ, ਸਾਰੇ ਆਪਣੇ ਹਿੱਸੇ ਦਾ ਰੋਲ ਅਦਾ ਕਰਦੇ ਹਾਂ ਤਾਂ ਇਹ ਪੇਸ਼ੈਂਟ ਦੀ ਜ਼ਿੰਦਗੀ ਬਚਾ ਪਾਉਂਦੇ ਹਾਂ ਔਰ ਬਦਲ ਪਾਉਂਦੇ ਹਾਂ, ਸੋ ਐਜ਼ ਅ ਟੀਮ ਕਰਨਾ ਮੈਂ ਅਸੀਂ ਹਮੇਸ਼ਾ ਨਾ, ਸੋ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਇਹਨਾਂ ਦੁਆਵਾਂ ਇੰਨਾ ਪਿਆਰ ਦੇਣ ਲਈ ਤੁਹਾਡੇ ਮੰਮੀ ਨਾ, ਸੋ ਕੁਝ ਅੱਛਾ ਹੋਏਗਾ ਔਰ ਆਉਣ ਵਾਲੇ ਮਹੀਨਿਆਂ ਦੇ ਵਿੱਚ ਤੁਸੀਂ ਬਹੁਤ ਬੈਟਰ ਰਿਕਵਰੀ ਦੇਖਣ ਵਾਲੇ ਹੋ, ਆਲਮੋਸਟ 90% ਤੱਕ ਬੈਡ ਸ਼ੋਟ ਰਿਕਵਰ ਕਰ ਚੁੱਕੇ, ਸਾਨੂੰ ਵਿਸ਼ਵਾਸ ਹੈ ਕਿ ਤੁਸੀਂ ਨਹੀਂ ਚਲਾਈਏ ਭੇਜਣਾ, ਗੁਰੂ ਅੱਜ ਲਿੰਕ ਪਰ ਜਾਣਾ ਹੈ, ਸਾਨੂੰ ਪਤਾ ਹੈ ਗੁਰੂ ਦੇ ਅਸਾ ਗੁਰੂ ਦਾ ਘਰ ਬੈਠੇ ਆ, ਇੱਕ ਮਤਲਬ ਆ ਜਣਾ ਗੁਰੂ ਦਾ ਘਰ ਹੈ ਤੇ ਗੁਰੂ ਘਰ ਕੋਈ ਖਾਲੀ ਨਹੀਂ ਜਾਂਦਾ, ਮੰਨਦੇ ਨਹੀਂ, ਮੈਂ ਆਦੀ ਮੈਂ ਮੰਦਿਰ ਜਾਾਂਗੇ ਮੈਂ ਕਦੀ ਬੋਰ ਹੋ ਸਕਦੀ ਹਾਂ, ਲੇਕਿਨ ਮੈਂ ਜਦੋਂ ਮੈਂ ਉੱਧਰ ਜਾਂਦੀ ਹਾਂ ਨਾ ਗੋਲਡਨ ਟੈਂਪਲ, ਮੈਂ ਲਾਈਫ ਨੂੰ ਹਜ਼ਾਰਾਂ ਵਾਰ ਵੀ ਜਾਂਗੀ ਨਾ, ਉੱਥੇ ਇੱਕ ਲੱਗੀ ਹੁੰਦਾ ਨਾ ਵਾਈਬ ਸ਼ਰਧਾ ਉੱਥੇ ਇੱਕ ਮੰਨਦੇ ਨਾ, ਅਤੇ ਬਸ ਮੈਂ ਆਖਦੀ ਹਾਂ ਕਿ ਮੈਂ ਹਮੇਸ਼ਾ ਆਪਦੀ ਸਰਦਾਰ ਜਿਹੜੀ ਉਹ ਹੈ ਨਾ ਹੋਮ ਹੈ ਉਹ ਜਿੰਨਾ ਕਰਦੀ ਹੈ ਨਾ, ਉਹ ਅੱਜ ਮੈਨੂੰ ਪਤਾ ਚੱਲਿਆ ਕਿ ਉਹਦੇ ਅੰਦਰ ਕੋਈ ਕਰ ਹੀ ਵੀ ਨਹੀਂ ਸਕਦਾ, ਇਹ ਮੇਰੀ ਰਿਐਲਿਟੀ ਹੈ, ਮੈਂ ਹਮੇਸ਼ਾ ਮੈਂ ਇੱਕ ਹਿੰਦੂ ਲੜਕੀ ਹਾਂ, ਲੇਕਿਨ ਜੋ ਸਰਦਾਰ ਲੋਕ ਇੱਕ ਕੌਮ ਹੈ ਨਾ ਉਹਨੂੰ ਇੱਕ ਬਚਪਨ ਤੋਂ ਸਿਖਾਇਆ ਜਾਂਦਾ ਮੈਨੂੰ ਲੱਗਦਾ, ਹੈਲੋ ਸਾਨੂੰ ਵੀ ਆਪਣੇ ਬੱਚੇ ਦੀ ਪਰਵਰਿਸ਼ ਵਿੱਚ ਪਾਉਣਾ ਚਾਹੀਦਾ ਹੈ ਕਿ ਜੋ ਤੁਸੀਂ ਲੋਕ ਇਕੱਠੇ ਹੋ ਕੇ ਹੋ ਜਾਂਦੇ ਜੀ ਨਾ, ਵੀਰ ਭੈਣ ਸਾਰੇ ਹੈਗੇ ਆ ਹੋ ਜਾਂਦੇ ਆ, ਦੀਪਿਕਾ ਭੈਣ ਹੈਗੀ ਹੈ ਬੈਕ ਐਂਡ ਤੋਂ ਬਹੁਤ ਸਪੋਰਟ ਕਰਦੀ ਹੈ, ਇਕੱਠੇ ਹੋ ਕੇ ਕਰ ਦਿੰਦੇ ਆ ਸਾਰੇ, ਸਾਰੇ ਮਿਲ ਕੇ ਕਰ ਸਕਦੇ ਇੱਕ ਬੰਦਾ, ਲੇਕਿਨ ਫਸਟ ਜਿਹੜਾ ਚਲਾਣੇ ਵਾਲਾ ਚਲਾਣੇ, ਥੋੜ੍ਹਾ ਜਿਹਾ ਖੁਸ਼ਕਿਸਮਤ ਹੈ ਮੈਨੂੰ ਧਰਮ ਦੀਆਂ ਬਹੁਤ ਸਾਰੇ ਭੈਣਾਂ ਬਹੁਤ ਸਾਰੇ ਵੀਰ ਮਿਲੇ ਜੋ ਬਹੁਤ ਸਪੋਰਟ ਕਰਦੇ, ਤੁਸੀਂ ਬਹੁਤ ਦੂਰ ਜਾਓ, ਤੁਸੀਂ ਇੰਨੀ ਦੁਨੀਆ ਤੋਂ ਮਕੀ ਜਿਹੜੀ ਬੇਬਸ ਹੈ ਲੈ ਜੰਮੂ ਦੀ ਕੁਛ ਭੈਣਾਂ ਦੇਖ ਰਹੀਆਂ ਹੋਣੀਆਂ ਆ, ਕਿਉਂਕਿ ਉੱਥੇ ਇੰਜਰੀ ਬਹੁਤ ਜ਼ਿਆਦਾ ਹੁੰਦੀ ਹੈ ਪਹਾੜੀ ਏਰੀਏ 'ਚ ਹੈ ਨਾ, ਉਹਨਾਂ ਦੇ ਮਨ 'ਚ ਬਹੁਤ ਸਾਰੇ ਜ਼ਹਿਨ 'ਚ ਸਵਾਲ ਹੁੰਦੇ, ਬੀਇੰਗ ਵਿਮੈਨ ਉਹ ਆ ਸਕਦੇ ਆ, ਕਦੇ ਪੰਜਾਬ ਨਹੀਂ ਆਏ ਹੁੰਦੇ, ਦੇਖਿਆ ਨਹੀਂ ਹੁੰਦਾ ਹੈ ਨਾ, ਸਭ ਤੋਂ ਵੱਡੀ ਇਨਫੈਕਟਿਡ ਵਾਰਡ ਹੈ ਜਿੱਥੇ ਮੇਰੀ ਮੰਮਾ ਵੀ ਰਹੇ ਜਸਟ, ਮੈਂ ਉੱਥੇ ਸਾਰੇ ਇਨਵੋਇਰ ਕੀਤਾ, ਅਗਰ ਤੁਸੀਂ ਚਾਹੁੰਦੇ ਹੋ ਇੱਕ ਅੱਛੀ ਜਗ੍ਹਾ ਤੋਂ ਅੱਗੇ ਇਲਾਜ ਕਰਵਾਉਣਾ ਔਰ ਤੁਹਾਨੂੰ ਹਰ ਚੀਜ਼, ਲੇਕਿਨ ਹੈ ਕਿ ਤੁਹਾਨੂੰ ਜਾਣਾ ਪਊ, ਸਭ ਤੋਂ ਵੱਡੀ ਹੈ ਇੱਕ ਕਦਮ ਚੁੱਕਣਾ ਪੈਣਾ, ਠੀਕ ਹੈ ਨਾ, ਅੱਗੇ ਤਾਂ ਤੁਹਾਡੇ ਨਾਲ ਸੇਵਾ ਨਹੀਂ ਬੈਠੇ ਦੇ ਲੋਕ, ਲੇਕਿਨ ਤੁਸੀਂ ਸੇਵਾ ਦਾ ਮੌਕਾ ਦਿਓਗੇ ਨਾ, ਅਤੇ ਬਸ ਮਾਤਾ ਰਾਣੀ ਕਹਿ ਰਹੇ ਸਾਰਿਆਂ ਨੂੰ, ਮੈਂ ਤਾਂ ਕਹਿੰਦੀ ਜਾਣਾ ਤੇ ਡਾਕਟਰ ਹੀ ਬੋਲਾਂ, ਪਲੀਜ਼ ਉੱਥੋਂ ਜਾਈਏ ਟ੍ਰੇਨਿੰਗ ਲਓ, ਕਿਉਂ ਲੋਕਾਂ ਦੀ ਜ਼ਿੰਦਗੀ ਬਰਬਾਦ ਕਰ ਰਹੇ, ਇਹ ਚੀਜ਼ ਹੈ ਟ੍ਰੇਨਿੰਗ, ਦੇਖੋ ਨਾ ਮੇਰੀ ਮੰਮਾ ਕੇਸ ਇਹੀ ਖਰਾਬ ਹੋਇਆ, ਮੈਡੀਕਲ ਟ੍ਰੀਟਮੈਂਟ ਦੇ ਪ੍ਰੋਫੈਸ਼ਨਲਿਜ਼ਮ ਦੇ ਨਾਮ ਤੇ ਅਸੀਂ ਹਿਊਮਨ ਟੱਚ ਭੁੱਲ ਜਾਂਦੇ ਆ, ਹੈ ਨਾ, ਹਿਊਮੈਨਿਟੀ ਉਹ ਹਿਊਮਨ ਟੱਚ ਭੁੱਲ ਜਾਂਦੇ ਹਾਂ, ਸਿਰਫ ਪੈਸੇ ਦੀ ਤਵੱਜੋ ਰਹਿ ਜਾਂਦੀ ਹੈ ਔਰ ਪ੍ਰੋਫੈਸ਼ਨਲਿਜ਼ਮ ਦੇ ਨਾਮ 'ਤੇ ਅਸੀਂ ਪੈਸੇ ਦੀ ਉਗਾਹੀ ਕਰਦੇ ਰਹਿ ਜਾਂਦੇ ਹਾਂ, ਹੈ ਨਾ, ਸੋ
सारे इदा तो नहीं है लेकिन कुछ डॉक्टर्स करके कुछ हॉस्पिटल्स करके हो रहा है संगत जी थोड़े तो जरूर चाहते हैं कि इस पॉजिटिविटी को जरूर शेयर करते रहो अजकल समाज के वैसे ही बहुत ज़्यादा स्ट्रैस है एनजाइटी है बहुत नैगेटिविटी है तो इस पॉजिटिव मैसेजेस शेयर जरूर करे यही यही बेनती है यही रिक्वेस्ट है।